ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਮਨ ਚੇਤਨੂ ਇਕਾਗਰ ਕਰੀਏ ਕਿਉਂਕਿ ਮਨ ਨਹੀਂ ਜੁੜਦਾ ਗੁਰੂ ਦੇ ਚਰਨਾਂ ਦੇ ਵਿੱਚ ਧਨ ਤਨੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜੇ ਮਨ ਜੁੜੇ ਤੇ ਇਸ ਨੂ ਗੁਰਬਾਣੀ ਦੀ ਕੋਈ ਸਮਝ ਪਵੇ ਕੁਝ ਸਮਝ ਪਵੇ ਕਿੱਥ ਜੁੜਿਆ ਰਹਿੰਦਾ ਹੈ ਕਿ ਤੋ ਕਦੀ ਨਹੀਂ ਵਿਛੜਦਾ ਅਕਾਲ ਪੁਰਖ ਜੀ ਨਾਲੋਂ ਵਾਹਿਗੁਰੂ ਜੀ ਨਾਲੋਂ ਸਤਨਾਮ ਜੀ ਨਾਲੋਂ ਇੰਦਰੰਕਾਰ ਜੀ ਨਾਲੋਂ ਦੁਨੀਆਂ ਦੇ ਸਿਰਜਣਹਾਰ ਵਾਹਿਗੁਰੂ ਜੀ ਦੇ ਨਾਲੋਂ ਮਨ ਬਖਰਾ ਹੋ ਜਾਂਦਾ ਹੈ ਜਿਵੇਂ ਬੱਚੇ ਖੇਡਾਂ ਦੇ ਦੁਆਲੇ ਹੋ ਜਾਂਦੇ ਹਨ ਮਨ ਦੁਨੀਆਂ ਦੀਆਂ ਖੇਡਾਂ ਵਿੱਚ ਉਲਝ ਜਾਂਦਾ ਹੈ ਦੁਨੀਆ ਦੇ ਖੇਡਾਂ ਦੇ ਦਿਵਾਲੇ ਹੋਇਆ ਰਹਿੰਦਾ ਹੈ ਆ ਕਰ ਲਵਾਂ ਉਹ ਕਰ ਲਵਾਂ ਆ ਮੇਰਾ ਹੈ ਉਹ ਮੇਰਾ ਹੈ ਰੋਟੀ ਪਾਣੀ ਵੀ ਇਹਨੂੰ ਭੁੱਲ ਜਾਂਦਾ ਹੈ ਡੱਬੇ ਨਾਲ ਚੁੱਕੀ ਫਿਰਦਾ ਹੈ ਐਸਾ ਖੇਡ ਵਿੱਚ ਦੁਨੀਆ ਦੀ ਖੇਡ ਵਿੱਚ ਮਸਤ ਹੁੰਦਾ ਹੈ ਪਰਮੇਸ਼ਰ ਜੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਭੁੱਲ ਜਾਂਦੇ ਹਨ ਰਾਮੇ ਹੋਏ ਆਰਾਮ ਵਾਹਿਗੁਰੂ ਜੀ ਪੁੱਲ ਜਾਂਦੇ ਹਨ ਸੋ ਪਿਆਰੀ ਉਹ ਮਨ ਬਿਰਤੀਆਂ ਨੂੰ ਇਕਾਗਰ ਕਰੀ ਇਕੱਠਾ ਕਰੀਏ ਜਦ ਦੇ ਪੈਸੇ ਤੋੜਾਲੋ ਜਦੋਂ ਖਿਲਰ ਜਾਂਦੇ ਹਨ ਕਿੰਨੀ ਭਾਨ ਹੋ ਜਾਂਦੀ ਹੈ ਲੱਗਦੀ ਤੇ ਭਾਰੀ ਹੈ ਪਰ ਖਿਲਾਰਾ ਪੈ ਜਾਂਦਾ ਹੈ ਮਨ ਦਾ ਵੀ ਖਿਲਾਰਾ ਇਸੇ ਤਰ੍ਹਾਂ ਪਿਆ ਹੋਇਆ ਹੈ ਆਲ ਵਰਲਡ ਵਿੱਚ ਖਿਲਰਿਆ ਪਿਆ ਹੈ দৌੜ ਵੀ ਬੜੀ ਤੇਜ਼ ਹੈ ਦੀ ਇੱਕ ਨਿਮੁਖ ਮਹਾਂਚਾਰ ਕੁੰਟ ਫਿਰਿਆਵੇ ਇੱਕ ਸੈਕਿੰਡ ਵਿੱਚ ਚੌਂਾ ਪਾਸਿਆਂ ਤੋਂ ਹੋ ਕੇ ਆ ਜਾਂਦਾ ਹੈ ਝਾਟਾ ਆਪਣੀ ਬਾਡੀ ਵਿੱਚ ਪਹੁੰਚ ਜਾਂਦਾ ਹੈ ਤੇ ਵਿੱਚ ਪਹੁੰਚ ਜਾਂਦਾ ਹੈ ਘੁੰਮਦਾ ਰਹਿੰਦਾ ਹੈ ساری ਦੁਨੀਆ ਸੋ ਮਨ ਨੂੰ ਤੇ ਚਿੱਤ ਨੂੰ ਇਕੱਠਾ ਕਰੀਏ ਤਾਂ ਗੱਲ ਬਣੇਗੀ ਕਾਮ ਅਨੁਗੁਰਬਾਨੀ ਨੂੰ ਸੁਣੇਗਾ ਜਦੋਂ ਚਿੱਤ ਦੇ ਨਾਲ ਕਿਉਂਕਿ ਜਿਹੜੇ ਮਾਲਕ ਦੇ ਪਿਆਰੇ ਹਨ ਸੇਵਕ ਹਨ ਜਨ ਹਨ ਤੇਰੇ ਜਨ ਤੇ ਆਵੇਂ ਹਨ ਇੱਕ ਮਨ ਇੱਕ ਚਿੱਤ ਇੱਕ ਮਨ ਇੱਕ ਚਿੱਤ ਹੋ ਕੇ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਸ਼ਬਦ ਪੜੀਏ ਧੰਨ 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 ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਵਿੱਚੋਂ ਅੰਗ ਹੈ 731 731 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਹਨ raag sohi mahalla chautha kar pehla sohi raag vich kar pehla hai chauthe patsha tan tan guru ramdas maharaj ji di sikhiya hai kyunki gurbani guru hai guru hamesha sikhiya dende han ਭਾਵੇਂ ਸਕੂਲਾਂ ਦੇ ਹੋਣ ਭਾਵੇਂ ਕਿਤੇ ਵੀ ਗੁਰੂ ਹੋਣ ਉਹ ਹਮੇਸ਼ਾ ਸਿੱਖਿਆ ਦਿੰਦੇ ਹਨ ਅਕਲ ਦਿੰਦੇ ਹਨ ਅਕਲ ਨਹੀਂ ਸਾਹਿਬ ਸੇਵੀਏ ਅਕਲ ਨਾਲ ਹੀ ਸਾਹਿਬ ਨੂੰ ਵਾਹਿਗੁਰੂ ਜੀ ਨੂੰ ਯਾਦ ਕੀਤਾ ਜਾ ਸਕਦਾ ਹੈ ਉਹ ਅਕਲ ਮਿਲਦੀ ਕਿੱਥੋਂ ਹੈ ਉਹ ਗੁਰੂ ਪਾਸੋਂ ਮਿਲਦੀ ਹੈ ਤੇ ਗੁਰੂ ਕੌਣ ਹਨ ਗੁਰੂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਸਾਡੀ ਗੁਰੂ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਮਝਾ ਰਹੇ ਹਨ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਹਨ ਸਿੱਖਿਆ ਦੇਣ ਵਾਲੇ ਚੌਥੇ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਸੱਚੇ ਸਤਿਗੁਰੂ ਹਨ ਉਹਨਾਂ ਦੀ ਪਾਵਨ ਗੁਰਬਾਣੀ ਹੈ ਰਾਗ ਸੋਹੀ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਇਕ ਉਹ ਜੋ ਅਕਾਲ ਪੁਰਖ ਵਾਹਿਗੁਰੂ ਜੀ ਹਨ ਜਿਨ੍ਹਾਂ ਦਾ ਸਾਰਾ ਪਸਾਰਾ ਪਸਰਿਆ ਹੋਇਆ ਹੈ ਕਈਆਂ ਰੰਗਾਂ ਵਿੱਚ ਅਨੇਕਾਂ ਪਾਂਤ ਹੋਏ ਪਸਰਿਆ ਨਾਨਕ ਏਕੰਕਾਰ ਸਤਗੁਰ ਜੋ ਸੱਚੇ ਸਤਗੁਰੂ ਹਨ ਪਰਸਾਦ ਉਹਨਾਂ ਦੀ ਕਿਰਪਾ ਹਰ ਜੀ ਤੇ ਵਰਸ ਰਹੀ ਹੈ ਹਰ ਜੀ ਉਹਨਾਂ ਦੀ ਆਸ ਕਰਕੇ ਬੈਠਾ ਹੈ ਸਭ ਕੋ ਆਸੇ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਬੂਠਾ ਸਾਰੇ ਉਸੇ ਦੀ ਆਸ ਤੱਕ ਕੇ ਬੈਠੇ ਹਨ ਅਕਾਲ ਪੁਰਖ ਵਾਹਿਗੁਰੂ ਜੀ ਦੀ ਇੱਕ ਓੰਕਾਰ ਜੀ ਦੀ ਜਦੋਂ ਮਨ ਗੁਰਬਾਣੀ ਨੂੰ ਪੜਦਾ ਹੈ ਗੁਰਬਾਣੀ ਦੇ ਵਿੱਚ ਇਹ ਵਿਸ਼ੇਸ਼ਤਾ ਹੈ ਜਿੰਨੇ ਵੀ ਨਾਮ ਹਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾਗੋਸਈਆ ਕੋਈ ਆਲਾ ਹੈ ਕਿਸੇ ਵੀ ਨਾਮ ਨਾਲ ਹਰ ਹਰ ਪਹਿਲੇ ਸਮਿਆਂ ਵਿੱਚ ਲੋਕ ਹਰ ਹਰ ਬੜਾ ਆਖਿਆ ਕਰਦੇ ਸਨ ਅੱਜ ਵੀ ਸਤਿਗੁਰੂ ਜੀ ਫਰਮਾਉਂਦੇ ਹਨ ਹਰ ਕਾਲ ਨਾਮ ਤੇ ਆਇਕ ਹੈ ਹੋ ਹੋ ਹਰਿਆ ਭਾਈ ਅੱਜ ਵੀ ਸਤਿਗੁਰੂ ਜੀ ਫਰਮਾਉਂਦੇ ਹਨ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਨ ਹਾਰਾ ਅੱਜ ਵੀ ਸਤਿਗੁਰੂ ਜੀ ਫਰਮਾਉਂਦੇ ਹਨ ਭਾਈ ਉਸ ਹਰ ਨੂੰ ਯਾਦ ਕਰੋ ਤੁਹਾਡੇ ਸਾਰੇ ਦੁੱਖ ਚਲੇ ਜਾਣਗੇ ਜੋ ਹਰ ਇੱਕ ਵਿੱਚ ਸਮਾਏ ਹੋਏ ਹਨ ਹਰ ਕਟ ਵਿੱਚ ਹਰ ਹਿਰਦੇ ਵਿੱਚ ਹਰ ਦਿਲ ਵਿੱਚ ਧੜਕ ਰਹੇ ਹਨ ਆਸਾ ਵੀ ਉਸ ਵਾਹਿਗੁਰੂ ਜੀ ਵੱਲੋਂ ਆ ਰਹੇ ਹਨ ਜਾ ਰਹੇ ਹਨ ਤਾਈਓ ਸਤਿਗੁਰਾਂ ਨੇ ਆਖਿਆ ਹੈ ਸਾਸ ਸਾਸ ਸਿਮਰੋ ਗੋਬਿੰਦੇ ਜਿੰਨੇ ਵੀ ਨਾਮ ਗੁਰਬਾਣੀ ਵਿੱਚ ਆ ਜਾਂਦੇ ਹਨ ਜਦੋਂ ਗੁਰਬਾਣੀ ਦਾ ਪਾਠ ਕਰੋ ਸਾਰੇ ਨਾਮ ਇਸ ਨਾਮ ਲੈ ਲੈਂਦੀ ਹੈ ਤੇ ਜਿਹੜੇ ਮਾਲਕ ਦੇ ਨਾਮ ਹਨ ਵਾਹਿਗੁਰੂ ਜੀ ਦੇ ਨਾਮ ਹਨ ਆਕਾਲ ਪੁਰਖ ਜੀ ਦੇ ਉਹ ਸ਼ਬਦ ਹਨ ਗੁਰਬਾਣੀ ਤੋਂ ਰੋਂ ਆਈ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਕਿਸੇ ਟੀਜ ਨਾਲ ਚਿੰਤਾ ਦੂਰ ਨਹੀਂ ਹੁੰਦੀ ਗੁਰਬਾਣੀ ਪ੍ਰੇਮ ਨਾਲ ਪੜੋ ਕੰਨਾਂ ਨਾਲ ਸੁਣੋ ਜੀਬਾ ਨਾਲ ਪੜੋ ਚਿੰਤਾ ਚਲੀ ਜਾਂਦੀ ਹੈ ਦੁੱਖ ਚਲੇ ਜਾਂਦੇ ਹਨ ਬਿਮਾਰੀਆਂ ਰੋਗ ਚਲੇ ਜਾਂਦੇ ਹਨ ਸੰਤਾਪ ਚਲੇ ਜਾਂਦੇ ਹਨ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਇਹ ਮਨ ਕਿਤੇ ਸੁਣ ਲਵੇ ਮਨ ਸੁਣਦਾ ਨਹੀਂ ਦੇਹ ਨੂੰ ਗੁਰਦੁਆਰਾ ਸਭ ਛੱਡ ਕੇ ਆਪ ਵਿੱਚੋਂ ਨਿਕਲ ਜਾਂਦਾ ਹੈ ਜਿਵੇਂ ਸੋਈ ਚੋਂ ਧਾਗਾ ਨਿਕਲ ਜਾਂਦਾ ਹੈ ਜਦ ਧਾਗਾ ਹੀ ਨਾ ਰਿਹਾ ਸੋਈ ਵਿੱਚ ਧਿਆਨ ਹੀ ਨਾ ਰਿਹਾ ਗੁਰੂ ਦੇ ਚਰਨਾਂ ਵਿੱਚ ਤੇ ਮਨ ਨੇ ਕਿੱਥੋਂ ਜੁੜਨਾ ਹੈ ਸਤਿਗੁਰਾਂ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਮਨਰਾ ਜਦੋਂ ਮਨ ਰਾਮ ਨਾਮ ਦਿਲੋਂ ਆਰਾਧਦਾ ਹੈ ਜਪਦਾ ਹੈ ਗੁਰੂ ਦੇ ਸ਼ਬਦ ਨੂੰ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਗੋਰੀ ਸਬਦ ਗੁਰੂ ਗੁਰ ਕੇ ਗੁਰਬਾਣੀ ਰਾਹੀਂ ਗੁਰੂ ਦੇ ਸ਼ਬਦ ਵਿੱਚ ਅਪੇਧ ਹੋ ਜਾਂਦਾ ਹੈ ਮਨ ਵੀ ਤੋ ਲੈਂਦਾ ਹੈ ਮਨ ਤੋਂ ਉਹ ਸ਼ਬਦ ਲਾਗੋ ਖਰਸਿਓਂ ਰਹਾ ਹੋ ਜਿੱਤ ਲਾਇ ਹਰੀ ਨਾਲ ਮਾਲਿਕ ਨਾਲ ਜੋ ਹਰ ਇੱਕ ਵਿੱਚ ਵਸ ਰਹੇ ਹਨ ਉਹਨਾਂ ਨਾਲ ਮਨ ਲਾ ਲੈਂਦਾ ਹੈ ਸਭ ਨਾਲ ਪਿਆਰ ਕਰਦਾ ਹੈ ਤਾਂ ਹੀ ਉਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰਿਆਂ ਨਾਲ ਪਿਆਰ ਕਰਨ ਵਾਸਤੇ ਪ੍ਰੇਮ ਕਰਨ ਵਾਸਤੇ ਫਰਮਾਇਆ ਹੈ ਜਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਪ੍ਰਭੂ ਉਹਨਾਂ ਨੂੰ ਮਿਲਦੇ ਹਨ ਜਿਹੜੇ ਸਭ ਨਾਲ ਪ੍ਰੇਮ ਕਰਦੇ ਹਨ ਸਾਰਿਆਂ ਵਿੱਚ ਵਾਹਿਗੁਰੂ ਜੀ ਨੂੰ ਤੱਕਦੇ ਹਨ ਦੇਖਦੇ ਹਨ ਮਨ ਰਾਮ ਨਾਮ ਆਰਾਧਿਆ ਜਦੋਂ ਆਰਾਧਦਾ ਹੈ ਮਨ ਰਾਮ ਰਾਮ ਰੇ ਮਨ ਰਾਮ ਸੋ ਕਰ ਪ੍ਰੀਤ ਰਾਮ ਨਾਮ ਗੁਣ ਗਾਏ ਲੇ ਮੀਤਾ ਰਾਮ ਨਾਮਾ ਜਪ ਬੋ ਕਰ ਜਦੋਂ ਆਰਾਧਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਦੇ ਸ਼ਬਦ ਨੂੰ ਗੁਰ ਸਾਬਦ ਗੁਰੂ ਗੁਰਕੇ ਜਿਹੜੇ ਗੁਰੂ ਦੇ ਸ਼ਬਦ ਹਨ ਗੁਰ ਬਾਣੀ ਵਿੱਚ ਉਹਨਾਂ ਸ਼ਬਦਾਂ ਦਾ ਕੀਰਤਨ ਕਰਦਾ ਹੈ ਫਿਰ ਆਪਣਾ ਜੀਵਨ ਉਸ ਕੀਰਤਨ ਦੁਆਰਾ ਕਏ ਹੋਏ ਸ਼ਬਦਾਂ ਅਨੁਸਾਰ ਬਤੀਤ ਕਰਦਾ ਹੈ ਫਿਰ ਜਾ ਕੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਸਭੇ ਛਾ ਮੰਨ ਤਨ ਪੂਰੀਆਂ ਸਭੇ ਛਾਵਨ ਤਨ ਪੂਰੀਆਂ ਸਾਰੀਆਂ ਹੀ ਛਾ ਮੰ ਕਿਉਂਕਿ ਮਾਨੇ ਇੱਛਾ ਬੜੀਆਂ ਕਰਦਾ ਹੈ ਮੈਨੂੰ ਆ ਮਿਲ ਜਾਵੇ ਮੈਨੂੰ ਉਹ ਮਿਲ ਜਾਵੇ ਧੀਆਂ ਵਾਸਤੇ ਪੁੱਤਰਾਂ ਵਾਸਤੇ ਸੋਨੇ ਵਾਸਤੇ ਚਾਂਦੀ ਵਾਸਤੇ ਹੀਰਿਆਂ ਵਾਸਤੇ ਮੈਂ ਮੁੰਦਰੀ ਬਣਵਾ ਲਵਾਂ ਮੈਂ ਹਾਰ ਬਣਵਾ ਲਵਾਂ ਮੈਂ ਸੋਨਾ ਇਕੱਠਾ ਕਰ ਲਵਾਂ ਮੈਂ ਆਹ ਕਰ ਲਵਾਂ ਮੈਂ ਘਰ ਲੈ ਲਵਾਂ ਮੈਂ ਉਹ ਕਰ ਲਵਾਂ ਬੜੀਆਂ ਇੱਛਾ ਮਨ ਵਿੱਚੋਂ ਪੈਦਾ ਹੁੰਦੀਆਂ ਹਨ ਜਿਵੇਂ ਫੁਆਰਾ ਵਗਦਾ ਹੈ ਪਾਣੀ ਦਾ ਉਸ ਤਰ੍ਹਾਂ ਸਾਰਾ ਦਿਨ ਇੱਛਾ ਜਿਹੜੀਆਂ ਹਨ ਫੁਆਰੇ ਵਾਂਗੂ ਬੰਦੇ ਦੇ ਮਨ ਵਿੱਚੋਂ ਨਿਕਲਦੀਆਂ ਰਹਿੰਦੀਆਂ ਹਨ ਸਤਿਗੁਰੂ ਪੂਰੀਆਂ ਕਰ ਦਿੰਦੇ ਹਨ ਜੇ ਨਾਮ ਜਪਦਾ ਹੈ ਚੰਗੇ ਕਰਮ ਕਰਦਾ ਹੈ ਚੰਗੇ ਕੰਮ ਕਰਦਾ ਹੈ ਭੈੜਿਆਂ ਕੰਮਾਂ ਤੋਂ ਮਾੜਿਆਂ ਕੰਮਾਂ ਤੋਂ ਬੁਰਿਆਂ ਕੰਮਾਂ ਤੋਂ ਬਾਦ ਅਮਲਾਂ ਤੋਂ ਦੂਰ ਰਹਿੰਦਾ ਹੈ ਫਿਰ ਮਾਲਕ ਗੱਲ ਨਾਲ ਲਾ ਲੈਂਦੇ ਹਨ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦੇ ਹਨ ਸਭੇ ਇੱਛਾਵਾਂ ਪੂਰੀਆਂ ਜਾ ਪਾਇਆ ਆਗਮ ਆਪਾਰਾ ਜਦੋਂ ਆਗਮ ਆਕਾਲ ਪੁਰਖ ਜੀ ਨੂੰ ਬੰਦਾ ਪਾ ਲੈਂਦਾ ਹੈ ਇਹ ਮਨ ਕੋਈ ਇੱਛਾ ਅਧੂਰੀ ਨਹੀਂ ਰਹਿ ਜਾਂਦੀ ਸਭ ਇੱਛਾ ਪੂਰੀਆਂ ਹੋ ਜਾਂਦੀਆਂ ਹਨ ਸੋ ਪਿਆਰੇਉ ਨਾਮ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਰੀਆਂ ਇੱਛਾ ਮੰਦੀਆਂ ਪੂਰੀਆਂ ਹੋ ਜਾਣਗੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾ ਰਹੇ ਹਨ ਗੁਰਬਾਣੀ ਦੇ ਵਿੱਚ ਅੰਗ ਹੈ 731 731 ਸਬ ਚੂਕਾ ਬੰਦੇ ਨੂੰ ਡਰ ਲਗਾ ਰੰਦਾ ਹੈ ਜਮ ਮਾਰਨ ਕੇ ਜਉ ਜਮ ਆਏ ਕੇਸ ਗਹਿ ਪਟਕੇ ਤਾਦਨ ਕਿਛਣਾ ਬਸਾਹੇਗਾ ਜੇ ਬੰਦਾ ਨਾਮ ਜਪੇਗਾ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਆਵਾਜ਼ ਸੁਣੇਗਾ ਜਮ ਦੂਤ ਛੱਡ ਦੇਵੇਗਾ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਂਦਾ ਹੈ ਅਦਮਲ ਜੀ ਨੂੰ ਜਦੋਂ ਨਾਰਾਇਣ ਆਖਿਆ ਜਮਦੂਤ ਛੱਡ ਗਏ ਅਦਾਮਲ ਉਧਰੇ ਉਹ ਕਹੇ ਇੱਕ ਬਾਰ ਧੰਗੁਰੂ ਨਾਨਕ ਸਾਹਿਬ ਜੀ ਵੀ ਕਹਿ ਦਈਏ ਉਹ ਵੀ ਨਾਰਾਇਣ ਹਨ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਿਓ ਪਰਵਰਿਓ ਐਵੇਂ ਨਹੀਂ ਕਹਿਦਾ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਨਵੰਬਰ ਦਾ ਮਹੀਨਾ ਚੱਲ ਰਿਹਾ ਹੈ ਸਨ 2020 ਹੈ ਬਹੁਤ ਨੇੜੇ ਆ ਗਿਆ ਹੈ ਸਤਿਗੁਰੂ ਪਹਿਲੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਪੁਰਬ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਜਿਨ੍ਹਾਂ ਦਾ ਨਾਮ ਹੀ ਕਲਯੁਗ ਦੇ ਵਿੱਚ ਬੜਾ ਸੌਖਾ ਹੈ ਲੈਣਾ ਕਲਯੁਗ ਨਾਨਕ ਨਾਮ ਸੁਖਾਲਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਾਰੀ ਦੁਨੀਆ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਸੱਚ ਨਾਲ ਜੁੜੋ ਸੱਚ ਨਾਲ ਜੁੜੋ ਸੱਚ ਨਾਲ ਜੁੜੋ ਪੂਰੀ ਦੁਨੀਆ ਦੇ ਵਿੱਚ ਸਤਨਾਮ ਦਾ ਚੱਕਰ ਫੇਰਾਇਆ ਭਾਈ ਸੱਚ ਨਾਲ ਜੁੜ ਜਾਓ ਸਤਨਾਮ ਜਪਿਆ ਕਰੋ ਸੱਚੇ ਨਾਮ ਨੂੰ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਜਪਣ ਨਾਲ ਧੰ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ ਸਭ ਚੋਕਾ ਡਰ ਜਮ ਕੇ ਜਮਾਂ ਦਾ ਡਰ ਦੂਰ ਹੋ ਜਾਂਦਾ ਹੈ ਆਪਣੇ ਆਪਣੇ ਮਨ ਨੂੰ ਸਤਿਗੁਰੂ ਧੰਗੁਰੂ ਰਾਮਦਾਸ ਮਹਾਰਾਜ ਜੀ ਫਰਮਾ ਰਹੇ ਹਨ ਆਖੋ ਮਨਾ ਗੁਣ ਗਾਇਆ ਕਰ ਪਰਮੇਸ਼ਰ ਦੇ ਤੇਰੇ ਕਾਰਜ ਰਾਸ ਆ ਜਾਣਗੇ ਗੁਣ ਗਾਵਹੁ ਪੂਰਨ ਪਰਮੇਸ਼ਰ ਗੁਣ ਗਾਇਆ ਕਰਨ ਮੇਰੇ ਮਨ ਹਰ ਇੱਕ ਨੇ ਆਪਣੇ ਆਪਣੇ ਮਨ ਨੂੰ ਕਹਿਣਾ ਹੈ ਗੁਣ ਗਾਇਆ ਕਰ ਪਰਮੇਸ਼ਰ ਦੇ ਗੁਣ ਗਾਵੋ ਪੂਰਨ ਪਰਮੇਸ਼ਰ ਪੂਰਨ ਆਕਾਲ ਪੁਰਖ ਵਾਹਿਗੁਰੂ ਜੀ ਦੇ ਪਰਮੇਸ਼ਰ ਜੀ ਦੇ ਕਾਰਜ ਵੀ ਸਾਰੇ ਰਾਸ ਆ ਜਾਣਗੇ ਮੇਰੇ ਮਨ ਗੁਣ ਗਾਵੋ ਹਰ ਕੇ ਜਿਹੜੇ ਹਰ ਹਨ ਹਰ ਇੱਕ ਵਿੱਚ ਵਸ ਰਹੇ ਹਨ ਬੰਦਾ ਹੈ ਵੀ ਉਹਨਾਂ ਚਿਰ ਚਾਰੇ ਖਾਣੀਆਂ ਹਨ ਦਰਖਤ ਹਨ ਆਂਡਿਆਂ ਤੋਂ ਹਨ ਜ਼ੇਰ ਤੋਂ ਹਨ ਉਤਪੁੱਜ ਹੈ ਉਹਨਾਂ ਚਿਰ ਹੀ ਇਹ درخت ਹਰੇ ਭਰੇ ਹਨ ਜਿਨ੍ਹਾਂ ਚਰ ਜੜ ਨਾਲ ਜੁੜੇ ਹੋਏ ਹਨ ਧਰਤੀ ਨਾਲ ਜੁੜੇ ਹੋਏ ਹਨ ਬੰਦਾ ਵੀ ਜਿਨ੍ਹਾਂ ਚਰ ਮਾਲਿਕ ਨਾਲ ਜੁੜਿਆ ਹੋਇਆ ਹੈ ਉਹਨਾਂ ਚਰ ਹਰਿਆ ਭਰਿਆ ਹੈ ਹਰ ਇੱਕ ਨਾਲ ਪਿਆਰ ਜਦੋਂ ਤੱਕ ਕਰਦਾ ਹੈ ਪ੍ਰੇਮ ਕਰਦਾ ਹੈ ਮਿੱਠਾ ਬੋਲਦਾ ਹੈ ਕਿਉਂਕਿ ਸਾਡੇ ਸੱਜਣ ਅਕਾਲ ਪੁਰਖ ਵਾਹਿਗੁਰੂ ਜੀ ਸੱਜਣ ਸੱਚਾ ਪਾਤਸ਼ਾਹ ਹੋ ਉਹ ਮਿੱਠ ਬੋਲੜੇ ਹਨ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਤੂੰ ਕਿਉਂ ਕੌੜਾ ਬੋਲਦਾ ਹੈ ਕੌੜਾ ਬੋਲ ਨਾ ਜਾਨੈ ਪੂਰਨ ਭਗਵਾਨ ਹੈ ਕੌੜਾ ਨਾ ਬੋਲਿਆ ਕਰ ਕਿਸੇ ਦਾ ਦਿਲ ਨਾ ਦੁਖਾਇਆ ਕਰ ਜੇ ਤੈਨੂੰ ਸਿੱਖ ਹੈ ਪਿਆਰ ਹੈ ਪਰਮੇਸ਼ਰ ਨਾਲ ਫਰੀਦਾ ਜੇ ਤੋਪਰੀਆ ਦੀ ਸਿੱਖ ਹੈ ਆਵ ਨਾਠਾ ਹੈ ਕਹੀਦਾ ਕਿ ਦਾ ਦਿਲ ਨਾ ਟਾਇਆ ਕਰ ਨਾ ਕਛੈ ਦੀਆਂ ਅੱਖਾਂ ਵਿੱਚੋਂ ਹੰਝੂ ਵਹਾਇਆ ਕਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਮੰਨਿਆ ਕਰ ਪ੍ਰੇਮ ਨਾਲ ਬੋਲਿਆ ਕਰ ਰਾਮ ਦੇ ਗੁਣ ਗਾਇਨ ਕਰਿਆ ਕਰ ਜੋ ਹਰ ਹਨ ਹਰ ਇੱਕ ਵਿੱਚ ਰਮੇ ਹੋਏ ਹਨ ਮੇਰੇ ਮਨ ਗੁਣ ਗਾਵ ਹੋਰਾਮ ਨਾਮ ਹਰ ਕੇ ਹਰੀ ਦੇ ਗੁਣ ਗਾਇਆ ਕਰ ਗੁਰੂ ਦੇ ਲੜ ਲੱਗ ਜਾਇਆ ਕਰ ਗੁਰੂ ਐਸ ਵੇਲੇ ਕੁਰਬਾਨੀ ਹੈ ਗੁਰੂ ਤੇਰੇ ਮਨ ਨੂੰ ਪਰਬੋਧ ਦੇਵੇਗੀ ਜਾਗ ਪੈਦਾ ਕਰ ਦੇਵੇਗੀ ਜਿਵੇਂ ਦਹੀਂ ਨੂੰ ਜਾਗ ਲੱਗ ਜਾਂਦੀ ਹੈ ਦੁੱਧ ਜੰਮ ਜਾਂਦਾ ਹੈ ਤੇਰਾ ਮਨ ਵੀ ਟਿਕ ਜਾਵੇਗਾ ਜੰਮ ਜਾਵੇਗਾ ਗੋੜੇ ਤੋਂ ਠਹਿ ਮਨ ਪਰ ਬੋਧਿਆ ਮਨ ਜਾਗ ਪੈਂਦਾ ਹੈ ਹਰ ਪੀਆ ਰਸ ਘਟ ਕੇ ਜਿਵੇਂ ਕੋਈ ਲੱਸੀ ਦਾ ਗਲਾਸ ਕੋਈ ਜੂਸ ਘਟ ਘਟ ਕਰਕੇ ਬੰਦਾ ਅੰਦਰ ਨਗਾ ਜਾਂਦਾ ਹੈ ਤਵੇਂ ਜਿੱਥੇ ਫਿਰ ਬੈਠੇਗਾ ਉੱਠੇਗਾ ਆਖਿਆ ਕਰੇਗਾ ਸਤਨਾਮ ਸ੍ਰੀ ਵਾਹਿਗੁਰੂ ਨਾਮ ਦਾ ਰਸ ਘਟਕ ਕੇ ਪਿੰਦਾ ਰਿਆ ਕਰੇਗਾ ਸਾਰੀ ਦਿਹਾੜੀ ਰਹਾਉ ਹੁਣ ਸਤਗੁਰੂ ਜੀ ਧੰਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਸਾਰਿਆਂ ਤੋਂ ਉੱਤਮ ਕੰਪਨੀ ਕਿਹੜੀ ਹੈ ਸੰਗਤ ਕਿਹੜੀ ਹੈ ਉਹ ਹੈ ਸਤ ਸੰਗਤ ਸੱਚ ਦੀ ਸੰਗਤ ਕਰਨੀ ਇੱਕ ਸੰਗਤ ਹੈ ਸਤਗੁਰਾਂ ਦੇ ਦਰ ਤੇ ਜਾ ਕੇ ਸਤ ਸੰਗਤ ਕਰਨੀ ਸਾਧ ਸੰਗਤ ਵਿੱਚ ਬੈਠ ਕੇ ਇੱਕ ਸਤ ਸੰਗਤ ਕਰਨੀ ਹੈ ਸੱਚ ਦੇ ਨਾਲ ਝੂਠ ਦੇ ਨੇੜੇ ਨਹੀਂ ਜਾਣਾ ਝੂਠ ਤੋਂ ਦੂਰ ਭੱਜ ਜਾਣਾ ਹੈ ਸੱਚ ਨਾਲ ਜੁੜੇ ਰਹਿਣਾ ਹੈ ਤੇ ਜੀਭਾ ਵੀ ਬੋਲਦੀ ਰਹੇ ਗੁਰਬਾਣੀ ਦਾ ਹੁਕਮ ਮੰਨਦੀ ਰਵੇ ਬੋਲੋ ਸਚ ਨਾਮ ਕਰਤਾਰ ਮੂਲ ਮੰਤਰ ਪੜ੍ਹਦੀ ਰਵੇ ਕੋ ਗ਼ੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੋਨੀ ਸੈਭੰ ਗੁਰਪ੍ਰਸਾਦ ਸਤ ਸੰਗਤ ਊਤਮ ਸਤ ਗੁਰ ਕੇਰੀ ਸਤ ਗੁਰਾਂ ਦੀ ਧੰ ਗੁਰੂ ਨਾਨਕ ਸਾਹਿਬ ਜੀ ਦੀ ਤਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀes ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਜਿਹੜੀ ਹੈ ਇਹ ਸੱਚੀ ਸੰਗਤ ਹੈ ਇਸ ਸੰਗਤ ਕਰਨ ਨਾਲ ਇਹ ਮਨ ਗੁਣ ਗਾਉਂਦਾ ਹੈ ਅਕਾਲ ਪੁਰਖ ਜੀ ਦੇ ਗੋਨ ਗਾਵੇ ਹਰ ਪ੍ਰਭ ਕੇ ਪ੍ਰਭੂ ਦੇ ਗੁਣ ਗਾਉਂਦਾ ਹੈ ਮਨ ਫਿਰ ਹਰ ਕਿਰਪਾ ਧਾਰ ਮੇਲੋ ਸਤ ਸੰਗਤ ਹਮ ਤੋ ਵਹਿ ਪਗ ਜਨ ਕੇ ਸਤ ਗੁਰੂ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਸਤ ਗੁਰਾਂ ਦਾ ਮਿਲਾਪ ਕਰਾ ਦਿਓ ਸਤ ਸੰਗਤ ਪ੍ਰਾਪਤ ਹੋ ਜਾਵੇ ਅਸੀਂ ਸਾਧ ਸੰਗਤ ਦੇ ਚਰਨ ਧੋਣੇ ਕਰੀਏ ਦਰਬਾਰ ਸਾਹਿਬ ਜਾਓ ਜਦੋਂ ਅੰਦਰ ਜਾਂਦਾ ਹੈ ਜਿੱਥੋਂ ਸੰਗਤਾਂ ਚਰਨ ਧੋ ਕੇ ਨੰਗਦੀਆਂ ਹਨ ਉੱਥੋਂ ਵੀ ਗੁਰਮੁਖ ਪਿਆਰੇ ਚੁਲਾ ਪਰ ਕੇ ਪੀ ਲੈਂਦੇ ਹਨ ਰਾਮ ਨਾਮ ਸਭ ਹੈ ਰਾਮ ਨਾਮ ਰਸ ਗੁਰਮਤੋ ਰਸ ਰਸ ਕੇ 에ਵਰੀਵੇਅਰ ਹਰ ਪਾਸੇ ਰਾਮ ਦਾ ਨਾਮ ਹੀ ਭਾਵ ਕੇ ਵਾਹਿਗੁਰੂ ਜੀ ਹੀ ਸਾਰਿਆਂ ਵਿੱਚ ਪਸਰੇ ਹੋਏ ਹਨ ਰਾਮ ਨਾਮ ਸਭ ਹੈ ਰਾਮ ਨਾਮ ਹਰ ਪਾਸੇ ਰਾਮ ਰਾਮ ਹਰ 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 ਵਾਹਿਗੁਰੂ 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 ਸਤਨਾਮ ਸਤਨਾਮ ਇਹ ਰਾਸ ਹੀ ਗੁਰਮਤ ਦਾ ਗੁਰੂ ਦੇ ਪਿਆਰੇ ਰਸ ਕਰਸਕ ਕੇ ਪੀਂਦੇ ਹਨ ਹਰੇ ਅਮਰਤ ਹਰ ਜਲ ਪਾਇਆ ਅੰਦਰ ਦੀ ਪਿਆਸ ਨਾਮ ਦੇ ਜਲ ਨਾਲ बुझਦੀ ਹੈ ਜਿਵੇਂ ਗੰਗਾ ਦਾ ਜਲ ਹੁੰਦਾ ਹੈ ਉਹਦੇ ਨਾਲੋਂ ਕਿਤੇ ਸਤਿਗੁਰੂ ਜੀ ਫਰਮਾਉਂਦੇ ਹਨ ਅਮੋਲਕ ਹੈ ਗੰਗਾ ਜਲ ਗੁਰੂ ਗੋਬਿੰਦ ਨਾਮ ਇੱਕ ਵਾਰੀ ਗੋਬਿੰਦ ਕਹਿ ਦਿਓ ਜਿਵੇਂ ਨਾਮਦੇਵ ਜੀ ਨੇ ਜਪਿਆ ਗੋਬਿੰਦ 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 ਸੰਗ ਨਾਮ ਤੇ ਉਹ ਮੰਨ ਲੈਣਾ ਆਠਦਾਮ ਕੋ ਛੇ ਪਰੋ ਹੋਇਓ ਲੱਖਣਾ ਅੰਮ੍ਰਿਤ ਜਲ ਦੀ ਪ੍ਰਾਪਤੀ ਹੋ ਜਾਂਦੀ ਹੈ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ ਤਰੇ ਉੱਡ ਜਾਂਦੀ ਹੈ ਪਿਆਸ ਬੁੱਝ ਜਾਂਦੀ ਹੈ ਸਭ ਲਾਤੀ ਤਿਸ ਤਿਸ ਕੇ ਤਿਸ ਪਿਆਸ ਉਤਰ ਜਾਂਦੀ ਹੈ ਦੁਨੀਆਂ ਦੇ ਵਿੱਚ ਜਾਤਾਂ ਪਾਤਾਂ ਦੇ ਨਾਲ ਲੋਕ ਉਲਝੇ ਹੋਏ ਹਨ ਜਿਹੜੇ ਗੁਰੂ ਵਾਲੇ ਹੋ ਜਾਂਦੇ ਹਨ ਉਹ ਫਿਰ ਆਖਦੇ ਹਨ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁਕਮ ਹਨ। ਹਮਰੀ ਜਾਤ ਪਾਤ ਗੁਰ ਸਤ ਗੁਰ ਉਹ ਫਿਰ ਕਹਿੰਦੇ ਹਨ ਸਾਡੀ ਜਾਤ ਪਾਤ ਕੋਈ ਨਹੀਂ ਸਾਡੀ ਜਾਤ ਪਾਤ ਸਾਡੇ ਸਤ ਗੁਰੂ ਹਨ। ਹਮਰੀ ਜਾਤ ਪਾਤ ਗੁਰ ਸਤ ਗੁਰ ਹਮ ਵਿੱਚ ਉਹ ਸਿਰ ਗੁਰ ਕੇ ਅਸਾਂ ਕਲਗੀਧਰ ਸਾਹਿਬ ਦਾ ਸਮੇਸ਼ ਪਿਤਾ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਾਰ ਤਲੀ ਗਲੀ ਮੇਰੀ ਅਸਾਂ ਸੀਸ ਵੇਚ ਦਿੱਤਾ ਹੈ ਸਾਡੇ ਕੋਈ ਜਾਤ ਪਾਤ ਨਹੀਂ ਸਾਡੀ ਜਾਤ ਪਾਤ ਸਾਡੇ ਸਤਿਗੁਰੂ ਦਾ ਸਮੇਸ਼ ਪਿਤਾ ਜੀ ਹਨ ਬਾਜਾਂ ਵਾਲੇ ਕਲਗੀਆਂ ਵਾਲੇ ਹਨ ਜਿਨ੍ਹਾਂ ਨੇ ਸਾਨੂੰ ਸਮਝਾ ਦਿੱਤਾ ਹੈ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਅਸਾਂ ਆਪਣਾ ਸਿਰ ਵੇਚ ਦਿੱਤਾ ਹੈ ਮਹਿੰਗੇ ਮੁੱਲ ਵਿੱਚ ਵੇਚ ਦਿੱਤਾ ਹੈ ਆਪਣੇ ਕਲਗੀਆਂ ਵਾਲੇ ਸਾਹਿਬ ਦਾ ਸਮੇਸ਼ ਪਿਤਾ ਜੀ ਨੂੰ ਦੇ ਦਿੱਤਾ ਹੈ ਹਮਰੀ ਜਾਤ ਪਾਤ ਗੁਰਸਤ ਗੁਰ ਹਮ ਵਿੱਚ ਉਹ ਸਿਰ ਗੁਰ ਕੇ ਅਸਾਂ ਗੁਰੂ ਅੱਗੇ ਸਿਰ ਵੇਚ ਦਿੱਤਾ ਹੈ ਸਾਡਾ ਹੁਣ ਕੋਈ ਇਸ ਸਿਰ ਤੇ ਅਧਿਕਾਰ ਨਹੀਂ ਹੈ ਜਾਨੇ ਨਾਨਕ ਨਾਮ ਪਰੋ ਗੁਰ ਚੇਲਾ ਧੰ ਗੁਰੂ ਨਾਨਕ ਸਾਹਿਬ ਦਾ ਘਰ ਚੇਲਿਆਂ ਦਾ ਗੁਰੂਆਂ ਦਾ ਘਰ ਹੈ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਤੇਲਾ ਆਪ ਹੀ ਗੁਰੂ ਹਨ ਆਪ ਹੀ ਚੇਲਾ ਹਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾ ਰਹੇ ਹਨ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਜਨ ਨਾਨਕ ਨਾਮ ਪਰਿਓ ਗੁਰ ਤੇਲਾ ਚੇਲੇ ਬਣ ਜਾਓ ਸੇਵਕ ਬਣ ਜਾਓ ਗੁਰ ਰੱਖੋ ਹੋਲਾ ਜਿ ਜਨ ਕੇ ਗੁਰੂ ਦਾ ਸਿੱਖ ਗੁਰੂ ਦਾ ਚੇਲਾ ਬਣ ਜਾਂਦਾ ਹੈ ਚੇਲਾ ਬਣ ਕੇ ਗੁਰਬਾਣੀ ਵਿੱਚੋਂ ਸਿੱਖੀ ਨੂੰ ਸਿੱਖਦਾ ਰਹਿੰਦਾ ਹੈ ਵਾਹਿਗੁਰੂ ਹੁਣ ਤੁਸੀਂ ਸਾਡੀ लाज ਰੱਖਣੀ ਹੈ ਗੁਰ ਸਾਰਿਆਂ ਵਿੱਚ ਤੇ ਤੁਸੀਂ ਹੋ ਗੁਰਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਤੋ ਅਡਾ ਕਹਿਣਾ ਕਥਨ ਨਹੀਂ ਕੀਤਾ ਜਾ ਸਕਦਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ ਸਾਡੀ ਸੇਵਕਾਂ ਦੀ ਲਾਜ ਰੱਖ ਲੈਣਾ ਪਿਆਰੇ ਉਹ ਨਾਮ ਜਪਿਆ ਕਰੋ ਇਹ ਗੁਰਬਾਣੀ ਦਾ ਸ਼ਬਦ ਹੈ 731 ਅੰਗ 731 ਅੰਗ ਹੈ ਤਨ 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 ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਿਉਂਕਿ ਸਾਡੇ ਗੁਰੂ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਨ੍ਹਾਂ ਦੇ ਲਾੜ ਲਾਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੋਜ਼ ਪੜ੍ਹਦੇ ਹਾਂ ਆਗਿਆ ਪਈ ਅਕਾਲ ਕੀ ਤਬ ਹੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਯੂਅਰ ਗੁਰੂ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ ਯੂਅਰ ਗੁਰੂ ਇਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਫॉरएवर आफ्टरਮੀ ਸਾਡੇ ਤੋਂ ਬਾਅਦ ਹੁਣ ਕੋਈ ਗੁਰੂ ਨਹੀਂ ਤੁਹਾਡਾ ਸ਼ਬਦ ਗੁਰੂ ਤੁਹਾਡਾ ਗੁਰੂ ਹੈ ਤੇ ਸ਼ਬਦ ਹੈ ਆਕਾਲ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਜੀ ਆਕਾਲ ਪੁਰਖ ਜੀ ਤੁਹਾਡੇ ਗੁਰੂ ਹਨ ਸ਼ਬਦ ਰੂਪ ਵਿੱਚ ਤੁਰਕੀ ਬਾਣੀ ਦੇ ਰੂਪ ਵਿੱਚ ਤੁਹਾਨੂੰ ਗਿਆਨ ਦੇ ਰਹੇ ਹਨ ਗੁਰਬਾਣੀ ਪੜਿਆ ਕਰੋ ਗੁਰਬਾਣੀ ਪੜਿਆ ਸਾਰੇ ਜਿੰਨੇ ਨਾਮ ਹਨ ਸਾਰੇ ਰਸਨਾ ਤੋਂ ਨਿਕਲ ਜਾਂਦੇ ਹਨ ਹਰ ਇੱਕ ਵਿੱਚ ਵਾਹਿਗੁਰੂ ਦਿਸਣ ਲੱਗ ਪੈਂਦੇ ਹਨ ਵੈਰ ਵਿਰੋਧੁ ਮਨ ਵਿੱਚੋਂ ਚਲੇ ਜਾਂਦੇ ਹਨ ਨਾ ਕੋ ਬਹਿਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣਿਆ ਕੀਰਤਨ ਕਰਨ ਦੇ ਨਾਲ ਕੀਰਤਨ ਸੁਣਨ ਦੇ ਨਾਲ ਵੈਰ ਵਿਰੋਧ ਸਭ ਅੰਦਰੋਂ ਚਲਾ ਜਾਂਦਾ ਹੈ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣਤੇ ਦੂਰ ਨਾ ਜਾਮਾ ਸਮਾ ਹੋ ਗਿਆ ਹੈ ਨਾਮ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਦਾਸ ਦਿਲਬਾਗ ਸਿੰਘ ਆਪ ਜੀ ਪਾਸੋਂ ਸਤਿਗੁਰੂ ਜੀ ਖਿਮਾ ਮੰਗਦਾ ਹੈ ਤੋ ਕਲਾ ਕੰਨਾ ਔਕੜ ਦਲੈਂਕੜ ਜਿਹੜੇ ਵਾਵਲ ਸਹਨ ਸਿਹਾਰੀਆਂ ਬਿਹਾਰੀਆਂ ਲਾਵਾਂ ਉਮਰ ਅਨਸਾਰ ਕਈ ਅੱਖਰ ਸੁੱਧ ਨਹੀਂ ਬੋਲੇ ਜਾਂਦੇ ਸਤਗੁਰ ਜੀ ਮੈਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ ਸੰਗਤ ਗੁਰੂ ਦਾ ਰੂਪ ਹੈ ਆਪ ਸਾਧ ਸੰਗਤ ਗੁਰੂ ਦਾ ਰੂਪ ਹੋ ਵਿੱਚ ਸੰਗਤ ਹਰ ਪ੍ਰਭ ਵਸੇ ਜਿਉ ਆਪ ਵੀ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ ਨਾਮ ਜਪਿਆ ਕਰੋ ਸਤ ਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁਕਮ ਮੰਨ ਲਿਆ ਕਰੋ ਜਪ ਮੰਨ ਸਤ ਨਾਮ ਸਦਾ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ